ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਤੁਹਾਡਾ ਸਭ ਦਾ ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਸਵਾਗਤ ਹੈ। ਸਟੂਡੈਂਟ, ਅੱਜ ਆਪਾਂ ਇੰਡੀਅਨ ਜੀਓਗ੍ਰਾਫੀ ਸ਼ੁਰੂ ਕਰਨ ਜਾ ਰਹੇ ਹਾਂ, ਔਰ ਇੰਡੀਅਨ ਜੀਓਗ੍ਰਾਫੀ ਦੇ ਵਿੱਚ ਜੋ ਆਪਣਾ ਵੈਰੀ ਫਸਟ ਲੈਕਚਰ ਹੈ ਉਹ ਹੈ ਯੂਨੀਵਰਸ ਦਾ। ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਗਰ ਵੀਡੀਓ ਅੱਛੀ ਲੱਗੇ ਤਾਂ ਵੱਧ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਠੀਕ ਹੈ ਜੀ। ਚਲੋ ਲੈਟ ਸਟਾਰਟ। ਫਸਟ ਆਫ ਆਲ ਦ ਟੋਪਿਕ ਇਜ਼ ਯੂਨੀਵਰਸ। ਯੂਨੀਵਰਸ ਦੇਖੋ, ਜਦੋਂ ਆਪਾਂ ਇੰਡੀਅਨ ਜੀਓਗ੍ਰਾਫੀ ਨੂੰ ਪੜ੍ਹਨਾ ਹੈ ਨਾ, ਤਾਂ ਇੰਡੀਅਨ ਜੀਓਗ੍ਰਾਫੀ ਨੂੰ ਪੜ੍ਹਨ ਦੇ ਲਈ ਕੀ ਹੈ, ਆਪਾਂ ਨੂੰ ਇੱਕ ਗੱਲ ਸਮਝਣੀ ਪਏਗੀ ਕਿ ਫਸਟ ਟੋਪਿਕ ਆਪਣਾ ਯੂਨੀਵਰਸ ਵਾਲਾ ਹੋਏਗਾ। ਯੂਨੀਵਰਸ ਤੋਂ ਬਾਅਦ ਆਪਾਂ ਜੋ ਨੈਕਸਟ ਟੋਪਿਕ ਲੈ ਕੇ ਚੱਲਾਂਗੇ ਉਹ ਲੈ ਕੇ ਚੱਲਾਂਗੇ ਕਿ ਪਲੈਨਟਸ ਬਾਰੇ। ਯੂਨੀਵਰਸ ਤੋਂ ਬਾਅਦ ਪਲੈਨਟਸ ਤੋਂ ਬਾਅਦ ਆਪਾਂ ਅਰਥ ਬਾਰੇ, ਤਾਂ ਆਪਾਂ ਅਰਥ ਦੀ ਸਾਰੀ ਡਿਟੇਲ ਕਰਾਂਗੇ। ਫਰਦਰ ਅਰਥ ਤੋਂ ਬਾਅਦ ਆਪਾਂ ਡਿਫਰੈਂਟ ਕੰਟੀਨੈਂਟਸ ਦੀ ਬਾਰੇ ਡਿਟੇਲ ਕਰਾਂਗੇ, ਤਾਂ ਕੰਟੀਨੈਂਟਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਪਾਂ ਕਿਹੜੇ ਕੰਟੀਨੈਂਟ ਤੇ ਰਹਿ ਰਹੇ ਹਾਂ। ਲੈਟ ਸੇ ਕਿ ਆਪਾਂ ਏਸ਼ੀਆ 'ਚ ਰਹਿ ਰਹੇ ਹਾਂ, ਏਸ਼ੀਆ ਤੋਂ ਬਾਅਦ ਆਪਾਂ ਕਿਹੜੀ ਕੰਟਰੀ 'ਚ ਰਹਿ ਰਹੇ ਹਾਂ, ਇੰਡੀਆ, ਫਿਰ ਇੰਡੀਆ ਦੇ ਬਾਰੇ ਡਿਟੇਲ ਪੂਰੀ ਗੱਲ ਕਰਾਂਗੇ, ਔਰ ਲਾਸਟ 'ਤੇ ਪੰਜਾਬ ਆਏਗਾ। ਤਾਂ ਸੋ ਜੋ ਆਪਾਂ ਬਿਲਕੁਲ ਸ਼ੁਰੂਆਤ ਹੈ ਉਹ ਆਪਣੀ ਯੂਨੀਵਰਸ ਦੇ ਨਾਲ ਹੋਏਗੀ। ਤਾਂ ਯੂਨੀਵਰਸ ਦੇਖੋ ਕੀ ਹੈ। ਯੂਨੀਵਰਸ ਦੇ ਵਿੱਚ ਨਾ ਉਹ ਕਹਿੰਦੇ ਵੀ ਯੂਨੀਵਰਸ ਦੇ ਵਿੱਚ ਪਲੈਨਟ, ਸਟਾਰ, ਗਲੈਕਸੀਜ, ਇਹ ਸਭ ਯੂਨੀਵਰਸ ਦਾ ਪਾਰਟ ਹੈ। ਤਾਂ ਅਗਰ ਮੈਂ ਯੂਨੀਵਰਸ ਦੀ ਡੈਫੀਨੇਸ਼ਨ ਦੱਸਾਂ ਤਾਂ ਯੂਨੀਵਰਸ ਇਜ਼ ਆਲ ਆਫ ਸਪੇਸ ਐਂਡ ਟਾਈਮ ਐਂਡ ਦੇਅਰ ਕੰਟੈਂਟਸ ਇਨਕਲੂਡਿੰਗ ਪਲੈਨਟਸ, ਸਟਾਰ, ਗਲੈਕਸੀਜ। ਅਗਰ ਯੂਨੀਵਰਸ ਦੇ ਬਾਰੇ ਸਮਝਿਆ ਜਾਵੇ ਤਾਂ ਸਟੱਡੀ ਆਫ ਯੂਨੀਵਰਸ ਕਹਿੰਦਾ ਕੋਸਮੋਲੋਜੀ ਹੁੰਦਾ। ਸਟੱਡੀ ਆਫ ਯੂਨੀਵਰਸ ਕਹਿੰਦਾ ਕੋਸਮੋਲੋਜੀ ਹੁੰਦਾ, ਠੀਕ ਹੈ। ਦੈਨ ਅੱਗੋਂ ਆਪਾਂ ਇਹ ਗੱਲ ਦੇਖਦੇ ਹਾਂ ਕਿ ਯੂਨੀਵਰਸ ਦੀ ਸਟੱਡੀ ਨੂੰ ਕੋਸਮੋਲੋਜੀ ਕਹਿੰਦੇ, ਔਰ ਅਗਰ ਦੇਖਿਆ ਜਾਵੇ ਕਿ ਯੂਨੀਵਰਸ ਦੀ ਬਾਰੇ ਐਕਸਪਲੇਨੇਸ਼ਨ ਕਿਹੜੀ ਥਿਊਰੀ ਦਿੰਦੀ ਹੈ ਤਾਂ ਉਸਦਾ ਨਾਮ ਹੋਏਗਾ ਬਿਗ ਬੈਂਗ ਥਿਊਰੀ, ਠੀਕ ਹੈ। ਦੈਨ ਆਪਾਂ ਦੇਖਦੇ ਹਾਂ ਸੋਲਰ ਸਿਸਟਮ ਦੇ ਬਾਰੇ। ਸੋਲਰ ਸਿਸਟਮ ਦੇ ਵਿੱਚ ਦੇਖੋ ਸੂਰਜ ਤੇ ਸੂਰਜ ਦੇ ਨਾਲ ਗ੍ਰਹਿ, ਪਹਿਲਾਂ ਇਹ ਕੰਸੀਡਰ ਕੀਤਾ ਜਾਂਦਾ ਸੀ ਕਿ ਦੇਰ ਆਰ 9 ਪਲੈਨਟ ਇਨ ਅਵਰ ਸੋਲਰ ਸਿਸਟਮ, ਬਟ ਐਟ ਪ੍ਰੈਜੈਂਟ ਦੇਰ ਆਰ ਓਨਲੀ 8 ਪਲੈਨਟ, ਜਿਹਦੇ ਚ ਵੈਰੀ ਫਸਟ ਹੈ ਮਰਕੁਰੀ ਐਂਡ ਲਾਸਟ ਤੇ ਨੈਪਚੂਨ, ਠੀਕ ਹੈ। ਦੈਨ ਆਪਾਂ ਇਹਨਾਂ ਦਾ ਆਰਡਰ ਵੀ ਤੁਹਾਨੂੰ ਮੈਂ ਯਾਦ ਕਰਾ ਦਿੰਦਾ, ਮਰਕਰੀ, ਵੀਨਸ, ਅਰਥ, ਮਾਸ, ਜੁਪੀਟਰ, ਸੈਚੂਰਨ, ਯੂਰੇਨਸ, ਨੈਪਚੂਨ। ਮਰਕਰੀ, ਵੀਨਸ, ਅਰਥ, ਮਾਸ, ਜੁਪੀਟਰ, ਸੈਚੂਰਨ, ਯੂਰੇਨਸ, ਨੈਪਚੂਨ। ਦੇਖੋ ਇਹਨਾਂ ਨੂੰ ਨਾ ਯਾਦ ਕਰਨ ਦੇ ਲਈ ਇੱਕ ਸਿੰਪਲ ਜਿਹਾ ਵੇ ਹੁੰਦਾ ਹੈ, ਮਾਈ ਵੈਰੀ ਐਕਸੀਲੈਂਟ ਮਦਰ। ਮਾਈ ਮਰਕਰੀ ਤੋਂ, ਵੀਨਸ ਦਾ ਵੈਰੀ, ਈ ਦਾ ਐਕਸੀਲੈਂਟ, ਮਾਸ ਦਾ ਮਦਰ, ਜਸਟ ਸੈਂਡ ਅਸ ਨੋਟਸ। ਦੈਨ ਅਗਰ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਅਗਰ ਸੋਲਰ ਸਿਸਟਮ ਤੋਂ ਬਾਅਦ ਗੱਲ ਕਰੀਏ ਵੀ ਪਲੈਨਟ ਸੀ, ਤਾਂ ਮਰਕਰੀ ਪਲੈਨਟ ਮਤਲਬ ਗ੍ਰਹਿ, ਤਾਂ ਮਰਕਰੀ ਬਿਲਕੁਲ ਕਲੋਜੈਸਟ ਪਲੈਨਟ ਹੈ ਤੇ ਨੈਪਚੂਨ ਫਾਰਦੈਸਟ ਪਲੈਨਟ ਹੈ। ਆਪਾਂ ਇਹਨਾਂ ਬਾਰੇ ਵਨ ਬਾਏ ਵਨ ਡਿਸਕਸ਼ਨ ਕਰਦੇ ਹਾਂ। ਮਰਕਰੀ ਫਸਟ ਆਫ ਆਲ, ਮਰਕਰੀ ਨੀਅਰੈਸਟ ਪਲੈਨਟ ਹੈ, ਸਭ ਤੋਂ ਛੋਟਾ ਵੀ ਹੈ, ਔਰ ਇਹਦਾ ਕੋਈ ਵੀ ਆਪਣਾ ਨਾ ਸੈਟੇਲਾਈਟ ਨਹੀਂ ਹੈਗਾ, ਮਤਲਬ ਇਹਦਾ ਕੋਈ ਵੀ ਉਪਗ੍ਰਹਿ ਨਹੀਂ ਹੈਗਾ, ਠੀਕ ਹੈ। ਦੈਨ ਨੈਕਸਟ ਵੀਨਸ। ਵੀਨਸ ਨੂੰ ਨਾ ਮੋਰਨਿੰਗ ਐਂਡ ਈਵਨਿੰਗ ਸਟਾਰ ਕਿਹਾ ਜਾਂਦਾ ਹੈ, ਅਰਥ ਦਾ ਟਵਿਨ ਕਿਹਾ ਜਾਂਦਾ ਹੈ। ਮੋਰਨਿੰਗ ਔਰ ਈਵਨਿੰਗ ਸਟਾਰ ਦੇ ਪਿੱਛੇ ਰੀਜ਼ਨ ਇਹ ਹੈ ਕਿ ਇਹਨੂੰ ਨਾ ਆਪਾਂ ਕੁਝ ਖਾਸ ਦਿਨ ਵਿੱਚ ਨਾ ਅਰਥ ਤੋਂ ਖੜੇ ਹੋ ਕੇ ਦੇਖ ਸਕਦੇ ਹਾਂ, ਔਰ ਆਪਾਂ ਨੂੰ ਨਾ ਇਹ ਅਪੀਅਰ ਹੁੰਦਾ ਜਸਟ ਲਾਈਕ ਅ ਸਟਾਰ। ਦੈਨ ਇਹਨੂੰ ਮੋਰਨਿੰਗ ਔਰ ਈਵਨਿੰਗ ਸਟਾਰ ਤੋਂ ਇਲਾਵਾ ਅਰਥ ਦਾ ਟਵਿਨ ਕਹਿ ਦਿੰਦੇ ਆ ਵੀ ਇਹਦਾ ਸਾਈਜ਼ ਆਲਮੋਸਟ ਅਰਥ ਦੇ ਸਾਈਜ਼ ਵਰਗਾ ਹੀ ਹੈ। ਥਰਡ ਪੁਆਇੰਟ ਹੈ, ਇਟ ਇਜ਼ ਦਾ ਹੋਟੈਸਟ ਪਲੈਨਟ ਹੈ, ਸਭ ਤੋਂ ਜ਼ਿਆਦਾ ਗਰਮ ਪਲੈਨਟ ਹੈ। ਰੀਜ਼ਨ ਕੀ ਹੈ ਉਸ ਗਰਮ ਪਲੈਨਟ ਹੋਣ ਦਾ, ਕਿ ਇਹਦੇ ਨਾ ਆਸ ਪਾਸ ਉੱਪਰ ਮਤਲਬ ਇਹਦੇ ਐਟਮੋਸਫੇਅਰ ਦੇ ਵਿੱਚ ਨਾ ਬੱਦਲਾਂ ਦੀ ਇੱਕ ਲੇਅਰ ਬਣੀ ਹੋਈ ਹੈ, ਔਰ ਉਸ ਬੱਦਲਾਂ ਦੀ ਲੇਅਰ ਦੇ ਕਰਕੇ ਨਾ ਇਸ ਦਾ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਜ਼ਿਆਦਾ ਰਾਈਜ਼ ਹੋ ਰਿਹਾ ਹੈ। ਦੈਟ ਇਜ਼ ਦਾ ਰੀਜ਼ਨ, ਕਿਉਂਕਿ ਹੀਟ ਅੰਦਰ ਟਰੈਪ ਹੋ ਜਾਂਦੀ ਹੈ, ਕਿ ਬੱਦਲ ਹੋਣਗੇ ਹੀਟ ਅੰਦਰ ਟਰੈਪ ਹੋਏਗੀ, ਤਾਂ ਕਿਉਂਕਿ ਰਾਤ ਨੂੰ ਹਰ ਇੱਕ ਪਲੈਨਟ ਕੀ ਹੈ ਗਰਮੀ ਛੱਡਦਾ ਹੈ, ਰਾਤ ਨੂੰ ਇਨ ਦਾ ਸੈਂਸ ਕਿ ਜਦੋਂ ਸੂਰਜ ਦੀ ਰੋਸ਼ਨੀ ਜੇ ਅਸੀਂ ਹਿੱਸੇ ਤੇ ਨਹੀਂ ਪੈਂਦੀ ਹੁੰਦੀ, ਜਿਵੇਂ ਫੋਰ ਐਗਜ਼ਾਮਪਲ ਆਪਾਂ ਅਰਥ ਤੇ ਰਹਿ ਰਹੇ ਹਾਂ, ਤਾਂ ਜਦੋਂ ਰਾਤ ਹੁੰਦੀ ਹੈ ਤੇ ਰਾਤ ਨੂੰ ਹੁੰਦਾ ਕੀ ਹੈ ਹੀਟ, ਅਰਥ ਕੀ ਕਰਦੀ ਹੈ ਮਤਲਬ ਪਲੈਨਟ ਕੀ ਕਰਦਾ ਆਪਦੀ ਜਿਹੜੀ ਹੀਟ ਹੈ ਨਾ ਉਹ ਛੱਡਦਾ। ਤਾਂ ਇਹਦੇ ਕੇਸ 'ਚ ਕੀ ਹੁੰਦਾ, ਜਦੋਂ ਹੀਟ ਛੱਡ ਰਿਹਾ ਹੁੰਦਾ ਨਾ, ਮਤਲਬ ਹੀਟ ਬਾਹਰ ਨਿਕਲ ਰਹੀ ਹੁੰਦੀ ਹੈ, ਤਾਂ ਉਹ ਉਸ ਕਲਾਊਡਸ ਦੇ ਕਰਕੇ ਅੰਦਰ ਹੀਟ ਨਾ ਟਰੈਪ ਹੋ ਕੇ ਰਹਿ ਜਾਂਦੀ ਹੈ, ਮਤਲਬ ਹੀਟ ਅੰਦਰ ਹੀ ਰਹਿ ਜਾਂਦੀ ਹੈ। ਦੈਟ ਇਜ਼ ਦਾ ਰੀਜ਼ਨ ਕਿ ਇਹ ਪਲੈਨਟ ਬਹੁਤ ਜ਼ਿਆਦਾ ਗਰਮ ਹੈ।
ਇਹਦਾ ਕੋਈ ਵੀ ਸੈਟੇਲਾਈਟ ਨਹੀਂ ਹੈਗਾ, ਜਾਂ ਮੈਂ ਕਹਾਂ ਇਹਦਾ ਕੋਈ ਵੀ ਮੂਨ ਨਹੀਂ ਹੈਗਾ। ਔਰ ਲਾਸਟ ਪੁਆਇੰਟ ਇਹਦੇ ਰਿਗਾਰਡਿੰਗ ਇਹ ਕੰਸੀਡਰ ਕੀਤਾ ਜਾਂਦਾ ਹੈ ਕਿ ਬਾਕੀ ਸਾਰੇ ਪਲੈਨਟ ਹੈ ਜਿਹੜੇ ਉਹ ਵੈਸਟ ਟੂ ਈਸਟ ਰੋਟੇਟ ਕਰਦੇ ਆ, ਲਾਈਕ ਅਰਥ ਵੈਸਟ ਟੂ ਈਸਟ ਰੋਟੇਟ ਕਰਦੀ ਹੈ। ਡਾਇਰੈਕਸ਼ਨ ਤੁਹਾਨੂੰ ਪਤਾ ਹੀ ਹੋਣਗੀਆਂ, ਵੈਸਟ ਦੈਨ ਈਸਟ, ਉੱਪਰ ਵਾਲੀ ਡਾਇਰੈਕਸ਼ਨ ਨੌਰਥ ਔਰ ਨੀਚੇ ਵਾਲੀ ਡਾਇਰੈਕਸ਼ਨ ਸਾਊਥ। ਲੇਕਿਨ ਇਹਦੇ ਕੇਸ ਦੇ ਵਿੱਚ ਕੀ ਹੈ, ਇਹ ਈਸਟ ਟੂ ਵੈਸਟ ਜਾਂਦਾ ਹੈ। ਈਸਟ ਟੂ ਵੈਸਟ ਮਤਲਬ ਐਂਟੀ ਕਲੋਕਵਾਈਜ਼ ਘੁੰਮ ਰਿਹਾ, ਐਂਟੀ ਕਲੋਕਵਾਈਜ਼। ਠੀਕ ਹੈ, ਦੈਨ ਨੈਕਸਟ ਪਲੈਨਟ ਆਪਾਂ ਗੱਲ ਬਾਰੇ ਗੱਲ ਆਪਾਂ ਕਰਦੇ ਹਾਂ, ਅਰਥ। ਅਰਥ ਨੂੰ ਬਲੂ ਪਲੈਨਟ ਕਿਹਾ ਜਾਂਦਾ ਹੈ, ਰੀਜ਼ਨ ਕੀ ਹੈ, 71% ਇੱਥੇ ਵਾਟਰ ਹੈ। ਅਰਥ ਦੇ ਬਾਰੇ ਕੰਸੀਡਰ ਕੀਤਾ ਜਾਂਦਾ ਹੈ ਕਿ ਅਰਥ ਇੱਕੋ ਇੱਕ ਪਲੈਨਟ ਹੈ ਜਿੱਥੇ ਲਾਈਫ ਪੋਸੀਬਲ ਹੈ ਐਂਟਾਇਰ ਸੋਲਰ ਸਿਸਟਮ ਦੇ। ਅਰਥ ਦੇ ਬਾਰੇ ਆਪਾਂ ਨੈਕਸਟ ਪੁਆਇੰਟ ਦੇਖੀਏ ਤਾਂ, ਅਗਰ ਆਪਾਂ ਨੋਰਮਲੀ ਦੇਖੀਏ ਕਿ ਆਹ ਮੇਰਾ ਇੱਕ ਪਲੇਨ ਹੋਵੇ, ਅਰਥ ਨਾ ਬਿਲਕੁਲ 90 ਡਿਗਰੀ ਤੇ ਨਹੀਂ ਖੜੀ ਹੋਈ, ਅਰਥ ਨਾ 23.5 ਡਿਗਰੀ ਟੇਢੀ ਹੈ। 23.5 ਡਿਗਰੀ ਇਸ ਨੋਰਮਲ ਤੋਂ, ਇਸ ਪਰਪੈਂਡੀਕੂਲਰ ਤੋਂ 23.5 ਡਿਗਰੀ ਟੇਢੀ ਹੈ। ਜਿਹੜਾ ਐਂਗਲ ਬਣ ਰਿਹਾ 23.5 ਡਿਗਰੀ ਦਾ ਬਣ ਰਿਹਾ। ਇਸ 23.5 ਡਿਗਰੀ ਦੇ ਟੇਢੀ ਟਿਲਟ ਦੇ ਕਰਕੇ ਕੀ ਹੈ, ਇਸ 23.5 ਦੇ ਟਿਲਟ ਦੇ ਕਰਕੇ ਜਿਹੜੇ ਸੀਜ਼ਨ ਹੈ ਉਹ ਚੇਂਜ ਹੁੰਦੇ ਆ। ਫਰਦਰ ਆਪਾਂ ਇਹਨੂੰ ਅਰਥ ਦੇ ਵਿੱਚ ਹੋਰ ਚੰਗੀ ਤਰ੍ਹਾਂ ਡਿਟੇਲ 'ਚ ਗੱਲ ਕਰਾਂਗੇ। ਅਰਥ ਦਾ ਇੱਕ ਹੀ ਮੂਨ ਹੈ, ਮਤਲਬ ਅਰਥ ਦਾ ਇੱਕ ਹੀ ਸੈਟੇਲਾਈਟ ਹੈ ਜਿਹਨੂੰ ਆਪਾਂ ਮੂਨ ਕਹਿ ਦਿੰਦੇ ਹਾਂ। ਅਰਥ ਆਪਦਾ ਜਿਹੜਾ ਇੱਕ ਰੋਟੇਸ਼ਨ, ਹੁਣ ਨਾ ਇੱਕ ਵਰਡ ਮੈਂ ਯੂਜ਼ ਕੀਤਾ ਰੋਟੇਸ਼ਨ, ਵਟ ਇਜ਼ ਦਾ ਮੀਨਿੰਗ ਆਫ ਰੋਟੇਸ਼ਨ। ਦੇਖੋ ਸਟੂਡੈਂਟ, ਜਦੋਂ ਵੀ ਆਪਾਂ ਗੱਲ ਕਰਦੇ ਹਾਂ ਨਾ ਰੋਟੇਸ਼ਨ ਦੀ, ਤਾਂ ਦੇਖੋ ਜਿਹੜੀ ਨਾ ਰੋਟੇਸ਼ਨ ਹੁੰਦੀ ਹੈ, ਰੋਟੇਸ਼ਨ ਕੀ ਹੁੰਦੀ ਹੈ, ਇੱਕ ਚੀਜ਼ ਨੂੰ ਜਦੋਂ ਕੋਈ ਚੀਜ਼ ਆਪਦੇ ਐਕਸਿਸ ਦੇ ਅਰਾਊਂਡ ਘੁੰਮ ਰਹੀ ਹੈ, ਮਤਲਬ ਧਰਤੀ ਆਪਦੇ ਧੁਰੇ ਦੇ ਦੁਆਲੇ ਜਦੋਂ ਘੁੰਮਦੀ ਹੈ ਨਾ, ਉਹਨੂੰ ਰੋਟੇਸ਼ਨ ਕਹਿ ਦਿੰਦੇ ਆ। ਇੱਕ ਆਪਾਂ ਅੱਗੋ ਫਰਦਰ ਵਰਡ ਪੜਾਂਗੇ ਜਦੋਂ ਆਪਾਂ ਅਰਥ ਦੀ ਬਾਰੇ ਗੱਲ ਕਰਾਂਗੇ, ਪਰਟੀਕੁਲਰ ਆਪਾਂ ਅਰਥ ਤੇ ਰਹਿ ਰਹੇ ਹਾਂ ਤਾਂ ਆਪਾਂ ਅਰਥ ਪਲੈਨਟ ਬਾਰੇ ਅੱਗੋ ਫਰਦਰ ਡਿਟੇਲ 'ਚ ਗੱਲ ਕਰਾਂਗੇ, ਤਾਂ ਉਦੋਂ ਆਪਾਂ ਟਰਮ ਪੜਾਂਗੇ ਰੈਵੋਲਿਊਸ਼ਨ। ਦੇਖੋ ਰੋਟੇਸ਼ਨ ਤੇ ਰੈਵੋਲਿਊਸ਼ਨ 'ਚ ਹਲਕਾ ਜਿਹਾ ਫਰਕ ਇਹ ਹੈ ਕਿ ਰੋਟੇਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਚੀਜ਼ ਆਪਦੇ ਐਕਸਿਸ ਦੇ ਅਰਾਊਂਡ ਰੋਟੇਟ ਕਰ ਰਹੀ ਹੈ। ਠੀਕ ਹੈ, ਜਿਵੇਂ ਲੈਟ ਸੀ ਕਿ ਮੇਰੇ ਕੋਲ ਪੈਨ ਹੋਵੇ ਔਰ ਮੈਂ ਪੈਨ ਦੀ ਨਿਬ ਦੇ ਐਕਸ ਨੂੰ ਆਉਂਦਾ ਆਉਂਦਾ ਐਕਸਿਸ ਮੰਨ ਲਾ, ਔਰ ਉਸ ਪੈਨ ਨੂੰ ਘੁਮਾ ਰਿਹਾ ਹੋਵਾਂ, ਜਦੋਂ ਮੈਂ ਉਸ ਪੈਨ ਨੂੰ ਘੁਮਾ ਰਿਹਾ ਹੋਊਂਗਾ ਤਾਂ ਉਹ ਰੋਟੇਟ ਕਰ ਰਿਹਾ ਹੈ, ਮਤਲਬ ਉਹ ਆਉਂਦੀ ਐਕਸਿਸ ਤੇ ਰੋਟੇਟ ਕਰ ਰਿਹਾ, ਤਾਂ ਉਹਨੂੰ ਰੋਟੇਸ਼ਨ ਕਵਾਂਗੇ। ਅਗਰ ਉਹੀ ਪੈਨ ਕਿਸੇ ਚੀਜ਼ ਦੇ ਆਸੇ ਪਾਸੇ ਘੁੰਮ ਰਿਹਾ ਹੋਵੇ, ਫੋਰ ਐਗਜ਼ਾਮਪਲ ਸਨ ਦੇ ਅਰਾਊਂਡ ਇਰਦ ਗਿਰਦ ਜਦੋਂ ਅਰਥ ਚੱਕਰ ਲਗਾਉਂਦੀ ਹੈ ਤਾਂ ਉਹਨੂੰ ਰੈਵੋਲਿਊਸ਼ਨ ਕਹਿ ਦਿੰਦੇ ਆ। ਆਪਾਂ ਇਸ ਚੀਜ਼ ਦੀ ਫਰਦਰ ਅੱਗੋਂ ਡਿਸਕਸ਼ਨ ਕਰਾਂਗੇ, ਤਾਂ ਰੋਟੇਸ਼ਨ ਤੇ ਰੈਵੋਲਿਊਸ਼ਨ ਦੋ ਚੀਜ਼ਾਂ ਆਪਾਂ ਅੱਗੋਂ ਫਰਦਰ ਪੜ੍ਹਨੀ ਹੈ। ਤਾਂ ਪੁਆਇੰਟ ਕੀ ਹੈ ਕਿ ਅਰਥ ਇੱਕੋ ਇੱਕ ਪਲੈਨਟ ਹੈ ਜਿਸ ਤੇ ਲਾਈਫ ਪੋਸੀਬਲ ਹੈ, ਅਰਥ ਦਾ ਇੱਕ ਮੂਨ ਹੈ, ਮਤਲਬ ਅਰਥ ਦਾ ਇੱਕ ਸੈਟੇਲਾਈਟ ਹੈ ਜਿਸ ਨੂੰ ਆਪਾਂ ਮੂਨ ਕਹਿੰਦੇ ਹਾਂ। ਠੀਕ ਹੈ, ਦੈਨ ਨੈਕਸਟ ਆ ਗਿਆ ਮਾਸ। ਮਾਸ ਕੀ ਹੈ, ਇਹ ਰੈੱਡ ਕਲਰ ਦਾ ਅਪੀਅਰ ਹੁੰਦਾ ਹੈ। ਰੈੱਡ ਕਲਰ ਦੇ ਅਪੀਅਰ ਹੋਣ ਦੇ ਪਿੱਛੇ ਰੀਜ਼ਨ ਕੀ ਹੈ, ਇੱਥੇ ਆਇਰਨ ਪ੍ਰੈਜੈਂਟ ਹੈ। ਰੈੱਡ ਕਲਰ ਦੇ ਪਿੱਛੇ ਰੀਜ਼ਨ ਕੀ ਹੈ, ਇੱਥੇ ਆਇਰਨ ਪ੍ਰੈਜੈਂਟ ਹੈ। ਨੈਕਸਟ ਕੀ ਹੈ, ਇਹਦੇ ਦੋ ਛੋਟੇ ਸੈਟੇਲਾਈਟ ਹੈ ਜਿਸ ਦਾ ਨਾਮ ਹੈ ਫੋਬੋਸ ਤੇ ਡਿਮੋਸ। ਔਰ ਜਿਹੜਾ ਡਿਮੋਸ ਹੈ ਨਾ ਗਾਇਸ, ਜੋ ਡਿਮੋਸ ਹੈ, ਡਿਮੋਸ ਨਾ ਪੂਰੇ ਇੰਟਾਇਰ ਸੋਲਰ ਸਿਸਟਮ ਦੇ ਵਿੱਚ ਸਭ ਤੋਂ ਛੋਟਾ ਸੈਟੇਲਾਈਟ ਹੈ। ਕੁਐਸਚਨ ਐਗਜ਼ਾਮ ਦੇ ਵਿੱਚ ਕਈ ਵਾਰੀ ਪੁੱਛਿਆ ਗਿਆ ਹੈ ਵੀ ਡਿਮੋਸ ਦੇ ਬਾਰੇ, ਅਗਰ ਤੁਹਾਨੂੰ ਕਹਾਂ ਤਾਂ ਤੁਸੀਂ ਆਨਸਰ ਦਓਗੇ ਕਿ ਡਿਮੋਸ ਇੰਟਾਇਰ ਸਿਸਟਮ ਦਾ ਸਭ ਤੋਂ ਛੋਟਾ ਸੈਟੇਲਾਈਟ ਹੈ। ਠੀਕ ਹੈ, ਦੈਨ ਆਪਾਂ ਫਰਦਰ ਗੱਲ ਕਰਦੇ ਹਾਂ ਨੈਕਸਟ ਪਲੈਨਟ ਬਾਰੇ। ਇੱਕ ਹੋਰ ਗੱਲ ਹੈ, ਜੋ ਫਸਟ ਫੋਰ ਪਲੈਨਟ ਹੈ ਨਾ, ਫਸਟ ਫੋਰ ਪਲੈਨਟ ਕਿਹੜੇ ਕਿਹੜੇ, ਫਸਟ ਫੋਰ ਪਲੈਨਟ, ਫਸਟ ਮਰਕਰੀ, ਦੈਨ ਵੀਨਸ, ਦੈਨ ਅਰਥ, ਦੈਨ ਮਾਸ। ਇਹਨਾਂ ਫੋਰ ਪਲੈਨਟਸ ਨੂੰ ਨਾ, ਮਰਕਰੀ, ਵੀਨਸ, ਅਰਥ, ਮਾਸ, ਇਹਨਾਂ ਚਾਰ ਪਲੈਨਟਸ ਨੂੰ ਨਾ ਕੀ ਕਿਹਾ ਜਾਂਦਾ ਹੈ, ਇਹਨਾਂ ਨੂੰ ਕਿਹਾ ਜਾਂਦਾ ਹੈ ਇਨਰ ਪਲੈਨਟ। ਇਨਰ ਪਲੈਨਟ, ਇਨਰ ਪਲੈਨਟ ਕਿਉਂ ਕਿਹਾ ਜਾਂਦਾ ਹੈ, ਆਪਾਂ ਅੱਗੋਂ ਫਰਦਰ ਵੀ ਇਸ ਚੀਜ਼ ਨੂੰ ਸਮਝਾਂਗੇ। ਇਨਰ ਪਲੈਨਟ ਦੇ ਪਿੱਛੇ ਸਿੰਪਲ ਜਿਹਾ ਰੀਜ਼ਨ ਇਹ ਹੈ ਕਿ ਇਹ ਚਾਰ ਪਲੈਨਟ ਹੈ ਨਾ, ਇਹ ਸਿੰਪਲੀ ਸਟਾਰਟਿੰਗ ਤੇ ਹੈ, ਸਨ ਦੇ ਬਿਲਕੁਲ ਨੀਅਰ ਹੈ, ਇੱਥੇ ਲੈਂਡ ਹੈ, ਉਸ ਲੈਂਡ ਪ੍ਰੈਜੈਂਟ ਹੈ, ਤਾਂ ਇਹਨਾਂ ਨੂੰ ਟੈਰੈਸਟੀਅਲ ਪਲੈਨਟ ਵੀ ਕਹਿ ਦਿੰਦੇ ਆ। ਇਨਰ ਪਲੈਨਟ, ਟੈਰੈਸਟੀਅਲ ਪਲੈਨਟ, ਔਰ ਇੱਕ ਅਜਿਹੇ ਚਾਰ ਪਲੈਨਟ ਹੈ ਜਿੱਥੇ ਸੋਲਿਡ ਲੈਂਡ ਪ੍ਰੈਜੈਂਟ ਹੈ। ਔਰ ਇਹ ਜਿਹੜੇ ਚਾਰ ਪਲੈਨਟ ਹੈ ਸਨ ਦੇ ਨੇੜੇ ਹੈ। ਕਿਹੜੇ ਕਿਹੜੇ ਚਾਰ ਪਲੈਨਟ, ਫਸਟ ਮਰਕਰੀ, ਦੈਨ ਵੀਨਸ, ਦੈਨ ਅਰਥ, ਦੈਨ ਮਾਸ। ਔਰ ਇਹਨਾਂ ਚਾਰਾਂ ਨੂੰ ਆਪਾਂ ਕੀ ਕਿਹਾ, ਇਹਨਾਂ ਚਾਰਾਂ ਨੂੰ ਆਪਾਂ ਕਹਿਤਾ ਇਨਰ ਪਲੈਨਟ। ਇਹਨਾਂ ਚਾਰਾਂ ਨੂੰ ਆਪਾਂ ਇਨਰ ਪਲੈਨਟ ਦਾ ਨਾਮ ਦਿੱਤਾ। ਠੀਕ ਹੈ, ਦੈਨ ਨੈਕਸਟ ਆਪਾਂ ਗੱਲ ਕਰਦੇ ਹਾਂ ਜੁਪੀਟਰ। ਜੁਪੀਟਰ ਹੈ ਜਿਹੜਾ
ਫਸਟ ਆਫ ਆਲ ਹੁਣ ਜਿਹੜੇ ਅੱਗੋਂ ਜੁਪੀਟਰ, ਸੈਟਰਨ, ਯੂਰੇਨਸ ਤੇ ਨੈਪਚੂਨ ਜਿਹੜੇ ਅੱਗੋਂ ਆਉਣਗੇ, ਇਹਨਾਂ ਨੂੰ ਆਪਾਂ ਚਾਰਾਂ ਨੂੰ ਆਪਾਂ ਜੋਵੀਅਨ ਪਲੈਨਟ ਜਾਂ ਆਊਟਰ ਪਲੈਨਟ ਕਵਾਂਗੇ। ਕੀ ਕਵਾਂਗੇ ਆਪਾਂ ਇਹਨਾਂ ਨੂੰ ਆਪਾਂ ਕਵਾਂਗੇ, ਜਾਂ ਤਾਂ ਆਪਾਂ ਇਹਨਾਂ ਨੂੰ ਬੋਲਾਂਗੇ ਜੋਵੀਅਨ ਪਲੈਨਟ, ਜਾਂ ਆਪਾਂ ਇਹਨਾਂ ਨੂੰ ਕਵਾਂਗੇ ਆਊਟਰ ਪਲੈਨਟ। ਜੁਪੀਟਰ ਸਾਈਜ਼ ਦੇ ਵਿੱਚ ਸਭ ਤੋਂ ਵੱਡਾ ਪਲੈਨਟ ਹੈ, ਇਹ ਪੂਰੇ ਇੰਟਾਇਰ ਸੋਲਰ ਸਿਸਟਮ ਦਾ ਸਭ ਤੋਂ ਵੱਡਾ ਪਲੈਨਟ ਹੈ। ਇਹਦੇ 4 out of 75 ਇਹਦੇ 4 ਵੱਡੇ ਮੂਨ ਹੈ, ਲਾਈਕ ਲੋ, ਯੂਰਪਾ, ਗੈਨੀਮੇਡੇ, ਕੈਲਿਸਟੋ। ਠੀਕ ਹੈ, ਇਹ ਮਤਲਬ ਇਹਦੇ ਮੂਨ ਹੈ, ਮੂਨ ਮਤਲਬ ਇਹਦੇ ਸੈਟੇਲਾਈਟ ਹੈ, ਵੱਡੇ ਵੱਡੇ ਇਹਦੇ ਸੈਟੇਲਾਈਟ ਹੈ, ਜਿਸ ਦੇ ਵਿੱਚੋਂ ਜੋ ਗੈਨੀਮੇਡੇ ਹੈ ਨਾ, ਗੈਨੀਮੇਡੇ ਇਹ ਐਂਟਾਇਰ ਸੋਲਰ ਸਿਸਟਮ ਦਾ, ਗੈਨੀਮੇਡੇ ਐਂਟਾਇਰ ਸੋਲਰ ਸਿਸਟਮ ਦਾ ਸਭ ਤੋਂ ਵੱਡਾ ਸੈਟੇਲਾਈਟ ਹੈ। ਠੀਕ ਹੈ, ਔਰ ਇਹ ਕਿੰਦਾ ਹੈ ਗੈਨੀਮੇਡੇ, ਜੁਪੀਟਰ ਤੇ। ਟੋਟਲ ਇਹਦੇ ਨੰਬਰ ਆਫ ਸੈਟੇਲਾਈਟ ਕਿੰਨੇ ਹੈ, 75 ਇਹਦੇ ਨੰਬਰ ਆਫ ਸੈਟੇਲਾਈਟ ਹੈ। ਠੀਕ ਹੈ, ਔਰ ਇਹ ਗੱਲ ਕੰਸੀਡਰ ਕੀਤੀ ਜਾਂਦੀ ਹੈ ਕਿ ਜੁਪੀਟਰ ਨੂੰ ਨਾ, ਜੁਪੀਟਰ ਦੇ ਬਾਰੇ ਇੱਕ ਪੁਆਇੰਟ ਇੰਪੋਰਟੈਂਟ ਤੁਹਾਨੂੰ ਮੈਂ ਦੱਸ ਦਿੰਦਾ, ਇਸ ਨੂੰ ਨਾ ਲੋਡ ਕਿਹਾ ਜਾਂਦਾ ਹੈ, ਲੋਡ, ਲੋਡ ਆਫ ਹੈਵਨਸ ਕਹਿ ਦਿੰਦੀ ਹੈ, ਲੋਡ ਆਫ ਹੈਵਨਸ। ਠੀਕ ਹੈ, ਜੁਪੀਟਰ ਦੇ ਬਾਰੇ ਪੁਆਇੰਟ ਆ ਜਾਂਦਾ ਹੁੰਦਾ ਕਿ ਇਸ ਨੂੰ ਕੀ ਕਿਹਾ ਜਾਂਦਾ, ਤੇ ਇਸ ਨੂੰ ਲੋਡ ਆਫ ਹੈਵਨਸ ਕਹਿ ਦਿੰਦੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਸੈਟਰਨ। ਸੈਟਰਨ ਇੱਕ ਅਜਿਹਾ ਪਲੈਨਟ ਹੈ ਜਿਹਦੇ ਆਸ ਪਾਸ, ਇਹਦੇ ਅਰਾਊਂਡ, ਆਪਾਂ ਵਰਡ ਯੂਜ ਕਰ ਲਈਏ ਕਿ ਇਹਦੇ ਅਰਾਊਂਡ ਰਿੰਗਸ ਬਣੀਆਂ ਹੋਈਆਂ, ਰਿੰਗਸ ਜਿਹੜੀਆਂ ਉਹ ਆਈਸ ਦੀਆਂ, ਡਸਟ ਦੀਆਂ ਰਿੰਗਸ ਹੈ। ਸੈਟਰਨ ਦੇ ਬਾਰੇ ਇੱਕ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਸੈਟਰਨ ਦਾ ਇੱਕ ਸੈਟੇਲਾਈਟ ਹੈ ਜਿਸ ਦਾ ਨਾਮ ਹੈ ਟਾਈਟਨ, ਉਹ ਸੈਕਿੰਡ ਲਾਰਜੈਸਟ ਮੂਨ ਹੈ ਸੋਲਰ ਸਿਸਟਮ ਦਾ, ਔਰ ਇਵਨ ਇਹ ਮਰਕਰੀ ਤੋਂ ਵੀ ਵੱਡਾ ਹੈ। ਇਸ ਦੇ ਪਹਿਲਾਂ ਕੀ ਇੱਕ ਹੋਰ ਗੱਲ ਹੈ ਇੱਥੇ ਇੰਪੋਰਟੈਂਟ, ਪਹਿਲਾਂ ਇਹ ਕੰਸੀਡਰ ਕੀਤਾ ਜਾਂਦਾ ਸੀ ਕਿ ਜੁਪੀਟਰ ਦੇ ਜੋ ਸੈਟੇਲਾਈਟ ਆ ਸਭ ਤੋਂ ਜ਼ਿਆਦਾ ਹੈ, ਲੇਕਿਨ ਅੱਜ ਦੇ ਦਿਨ ਕੀ ਹੈ ਇਹ ਕੰਸੀਡਰ ਕੀਤਾ ਜਾਂਦਾ ਹੈ ਕਿ ਜੋ ਸੈਟਰਨ ਹੈ, ਸੈਟਰਨ ਦੇ ਮੂਨ ਹੈ ਜੋ ਉਹ ਸਭ ਤੋਂ ਜ਼ਿਆਦਾ ਹੈ, ਸੈਟਰਨ ਦੇ ਜੋ ਸੈਟੇਲਾਈਟ ਹੈ ਉਹ ਸਭ ਤੋਂ ਜ਼ਿਆਦਾ ਹੈ, ਜੋ ਕਿ 82 ਹੈ। ਠੀਕ ਹੈ, ਦੈਨ ਨੈਕਸਟ ਆਪਾਂ ਗੱਲ ਕਰਦੇ ਹਾਂ ਯੂਰੇਨਸ। ਯੂਰੇਨਸ ਹੈ ਜਿਹੜਾ, ਇਹਨੂੰ ਸਾਈਡਵੇਜ਼ ਪਲੈਨਟ ਕਿਹਾ ਜਾਂਦੇ ਆ। ਠੀਕ ਹੈ, ਕਿਉਂਕਿ ਇਹ ਆਪਦੇ ਸਾਈਡਸ ਦੇ ਰੋਟੇਟ ਔਨ ਇਟ ਸਾਈਡਸ। ਦੈਨ ਉਸ ਤੋਂ ਬਾਅਦ ਆ ਜਾਂਦਾ, ਇਹਦੇ ਬਾਰੇ ਪੁੱਛ ਲਿਆ ਜਾਂਦਾ ਹੁੰਦਾ ਵੀ ਇਹ ਜਿਹੜਾ ਫਸਟ ਪਲੈਨਟ ਹੈ ਜਿਹੜਾ ਡਿਸਕਵਰ ਕੀਤਾ ਗਿਆ ਸੀ ਟੈਲੀਸਕੋਪ ਦੀ ਹੈਲਪ ਦੇ ਨਾਲ, ਜਿਹੜਾ ਇਹ ਫਸਟ ਪਲੈਨਟ ਹੈ ਜਿਹੜਾ ਟੈਲੀਸਕੋਪ ਦੀ ਹੈਲਪ ਦੇ ਨਾਲ ਡਿਸਕਵਰ ਕੀਤਾ ਗਿਆ, ਔਰ ਕਦੋਂ ਡਿਸਕਵਰ ਕੀਤਾ ਗਿਆ, ਵਿਲੀਅਮਸ ਦੇ ਦੁਆਰਾ ਕੀਤਾ ਗਿਆ 1781 ਦੇ ਵਿੱਚ। ਠੀਕ ਹੈ, ਔਰ ਯੂਰੇਨਸ ਹੈ ਜਿਹੜਾ, ਜਿਹੜਾ ਯੂਰੇਨਸ ਹੈ ਇਹਦੇ ਬਾਰੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਇਹ ਇੱਕ ਗ੍ਰੀਨ ਪਲੈਨਟ ਹੈ। ਗ੍ਰੀਨ ਪਲੈਨਟ ਦੇ ਪਿੱਛੇ ਰੀਜ਼ਨ ਇਹ ਹੈ ਕਿ ਇੱਥੇ ਮੀਥੇਨ ਗੈਸ ਪ੍ਰੈਜੈਂਟ ਹੈ। ਠੀਕ ਹੈ, ਨੈਕਸਟ ਆਪਾਂ ਡਿਸਕਸ ਕਰਦੇ ਹਾਂ ਨੈਪਚੂਨ। ਇਹ ਗੱਲ ਕੰਸੀਡਰ ਕੀਤੀ ਜਾਂਦੀ, ਬੜਾ ਇੰਟਰਸਟਿੰਗ ਪੁਆਇੰਟ ਹੈ, ਇਹ ਡੇ ਔਨ ਨੈਪਚੂਨ ਹਾਊ ਐਵਰ ਇਜ਼ ਓਨਲੀ 16 ਅਰਥ ਆਰਸ, ਜਿਹੜੇ ਅਰਥ ਦੇ 16 ਆਰਸ ਹੈ ਜਿਹੜੇ, ਉਸਦਾ ਉੱਥੇ ਇੱਕ ਦਿਨ ਬਣ ਜਾਂਦਾ। ਠੀਕ ਹੈ, ਔਰ ਇਹ ਸਭ ਤੋਂ ਦੂਰ ਹੈ, ਸਭ ਤੋਂ ਠੰਡਾ ਹੈ, ਇਹਦੇ ਟੋਟਲ 14 ਸੈਟੇਲਾਈਟ ਹੈ। ਠੀਕ ਹੈ, ਔਰ ਇੱਕ ਵੋਇਗਰ ਨਾਂ ਦੀ ਇੱਕ ਓਨਲੀ ਸਪੇਸ ਕਰਾਫਟ ਹੈ, ਵੋਇਗਰ 2, ਜਿਸਨੇ ਇੱਥੇ ਵਿਜ਼ਿਟ ਕੀਤਾ ਹੈ। ਠੀਕ ਹੈ, ਔਰ ਇਹ ਇੱਕ ਆਈਸ ਜੇਂਟ ਹੈ, ਬਹੁਤ ਜ਼ਿਆਦਾ ਦੂਰ ਹੈ। ਦੇਖੋ ਲਾਸਟ ਤੇ ਹੈ, ਫਾਰਦੈਸਟ ਪਲੈਨਟ ਹੈ। ਮੈਂ ਤੁਹਾਨੂੰ ਸਟਾਰਟਿੰਗ ਤੋਂ ਵੀ ਕਿਹਾ ਸੀ ਵੀ ਮਰਕਰੀ ਇਸ ਦਾ ਨੀਅਰੈਸਟ ਪਲੈਨਟ ਹੈ, ਨੈਪਚੂਨ ਇਸ ਦਾ ਫਾਰਦੈਸਟ ਪਲੈਨਟ, ਔਰ ਇਸ ਕਰਕੇ ਨਾ ਇਹਨੂੰ ਆਈਸ ਜੇਂਟ ਕਹਿ ਦਿੰਦੇ। ਠੀਕ ਹੈ, ਹੁਣ ਮੈਂ ਤੁਹਾਨੂੰ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਦੱਸ ਦੇਣਾ। ਅਕੋਰਡਿੰਗ ਟੂ ਸਾਈਜ਼ ਅਗਰ ਦੇਖਿਆ ਜਾਵੇ ਨਾ, ਅਕੋਰਡਿੰਗ ਟੂ ਸਾਈਜ਼ ਅਗਰ ਆਪਾਂ ਸਿੰਪਲੀ ਦੇਖੀਏ, ਤਾਂ ਆਪਾਂ ਇੱਥੇ ਇਹ ਗੱਲ ਕਵਾਂਗੇ ਕਿ ਜੋ ਫਸਟ 4 ਪਲੈਨਟ ਹੈ, ਫਸਟ 4 ਪਲੈਨਟ ਕਿਹੜੇ, ਮਰਕਰੀ, ਦੈਨ ਵੀਨਸ, ਦੈਨ ਅਰਥ, ਦੈਨ ਮਾਰਸ। ਫਸਟ 4 ਪਲੈਨਟ ਹੈ, ਇਹ ਜਿਹੜੇ 4 ਪਲੈਨਟ ਹੈ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਕਿਹੜੇ ਹੈ, ਇਹ ਇਨਰ ਪਲੈਨਟ ਹੈ, ਇਹ ਕਿਹੜੇ ਹੈ, ਇਨਰ ਪਲੈਨਟ। ਅਗਰ ਆਪਾਂ ਨੈਕਸਟ ਦੇਖੀਏ ਕਿ ਜਿਹੜੇ ਲਾਸਟ ਵਾਲੇ 4 ਪਲੈਨਟ ਹੈ ਕਿਹੜੇ ਕਿਹੜੇ, ਲਾਸਟ ਵਾਲੇ 4 ਪਲੈਨਟ ਆਪਣੇ ਕੋਲ ਕਿਹੜੇ ਕਿਹੜੇ ਹੈ, ਲਾਸਟ 4 ਪਲੈਨਟ ਹੈ, ਫਸਟ ਹੈ ਜੁਪੀਟਰ, ਦੈਨ ਸੈਟੁਰਨ, ਦੈਨ ਯੂਰੇਨਸ, ਔਰ ਲਾਸਟ ਹੈ ਨੈਪਚੂਨ।
ਜੇ ਮੈਂ ਇਹਨਾਂ ਚਾਰ ਪਲੈਨਟਸ ਦੇ ਬਾਰੇ ਗੱਲ ਕਰਾਂ ਨਾ, ਤਾਂ ਇਹਨਾਂ ਚਾਰ ਪਲੈਨਟਸ ਦੇ ਬਾਰੇ ਆਪਾਂ ਸਿੰਪਲੀ ਇਹ ਕਵਾਂਗੇ ਕਿ ਇਹਨਾਂ ਨੂੰ ਜੋਵੀਅਨ ਪਲੈਨਟ ਕਹਿ ਦਿੰਦੇ ਆ, ਇਹਨਾਂ ਨੂੰ ਆਊਟਰ ਪਲੈਨਟ ਕਹਿ ਦਿੰਦੇ ਆ। ਵਰਡ ਯਾਦ ਰੱਖਣੇ ਆ ਤੁਸੀਂ, ਆਊਟਰ, ਆਊਟਰ ਪਲੈਨਟ, ਆਊਟਰ ਪਲੈਨਟ, ਜੋਵੀਅਨ ਪਲੈਨਟ, ਗੈਸ਼ੀਅਸ ਪਲੈਨਟ, ਆਊਟਰ, ਜੋਵੀਅਨ, ਗੈਸ਼ੀਅਸ ਪਲੈਨਟ, ਠੀਕ ਹੈ। ਦੈਨ ਅਗਰ ਹੁਣ ਮੈਂ ਗੱਲ ਕਰਾਂ ਸਾਈਜ਼ ਦੇ ਹਿਸਾਬ ਨਾਲ, ਤਾਂ ਵਨ ਬਾਈ ਵਨ ਆਪਾਂ ਸਮਝਦੇ ਹਾਂ। ਦੇਖੋ ਸਾਈਜ਼ ਦੇ ਹਿਸਾਬ ਨਾਲ ਨਾ ਸਭ ਤੋਂ ਵੱਡਾ ਪਲੈਨਟ ਹੈ ਸੈਟਰਨ, ਸੋਰੀ ਜੁਪੀਟਰ। ਸੈਕਿੰਡ ਨੰਬਰ ਤੇ ਪਲੈਨਟ ਹੈ ਸੈਟਰਨ, ਥਰਡ ਨੰਬਰ ਤੇ ਹੈ ਯੂਰੇਨਸ, ਔਰ ਲਾਸਟ ਨੰਬਰ ਤੇ ਹੈ, ਲਾਸਟ ਨੰਬਰ ਤੇ ਹੈ ਨੈਪਚੂਨ। ਮਤਲਬ ਸਾਈਜ਼ ਦੇ ਹਿਸਾਬ ਨਾਲ ਆਪਾਂ ਨੋਰਮਲੀ ਦੇਖੀਏ ਤਾਂ ਫਸਟ ਜਿਹੜਾ ਸਭ ਤੋਂ ਵੱਡਾ ਪਲੈਨਟ ਹੈ ਜੁਪੀਟਰ ਹੈ, ਸੈਕਿੰਡ ਨੰਬਰ ਤੇ ਸੈਟਰਨ ਹੈ, ਥਰਡ ਨੰਬਰ ਤੇ ਯੂਰੇਨਸ ਹੈ, ਫੋਰਥ ਨੰਬਰ ਤੇ ਨੈਪਚੂਨ ਹੈ, ਔਰ ਫਿਫਥ ਨੰਬਰ ਤੇ ਪਤਾ ਕੌਣ ਹੈ? ਅਰਥ। ਹੁਣ ਕੁਸ਼ਚਨ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੁੰਦਾ ਹੈ ਕਿ ਫਿਫਥ ਬਿਗੈਸਟ ਪਲੈਨਟ ਇਜ਼, ਤਾਂ ਆਪਣਾ ਆਨਸਰ ਆਏਗਾ ਅਰਥ ਇਜ਼ ਦਾ ਫਿਫਥ ਬਿਗੈਸਟ ਪਲੈਨਟ, ਮਤਲਬ ਪੰਜਵੇਂ ਨੰਬਰ ਦਾ ਸਭ ਤੋਂ ਵੱਡਾ ਜੋ ਪਲੈਨਟ ਹੈ ਉਹ ਅਰਥ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਜਿਹੜਾ ਅੱਜ ਦਾ ਲੈਕਚਰ ਹੈ ਉਹ ਅੱਛਾ ਲੱਗਾ ਹੋਏਗਾ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਦੇ ਲਈ। ਪਲੀਜ਼ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਔਰ ਲਾਈਕ ਜ਼ਰੂਰ ਕਰਿਓ। ਥੈਂਕ ਯੂ ਜੀ, ਥੈਂਕ ਯੂ।